ਸਾਡੇ ਵਿਧਾਨ ਸਭਾ ਹਲਕਾ ਅਜਨਾਲੇ ਦੇ ਅਜਨਾਲਾ ਸ਼ਹਿਰ ਵਿੱਚ ਜਿਹੜਾ ਸਾਡਾ ਦਫ਼ਤਰ ਹੈ ਕੈਂਪਸ ਆਫਿਸ, ਉੱਥੇ ਮੇਰੇ ਕੋਲ ਮੇਰੀਆਂ ਭੈਣਾਂ ਬਜ਼ੁਰਗ ਭਰਾ ਆਪਣੇ ਬੈਠੇ ਆ, ਇਹਨਾਂ ਦੇ ਬੱਚੇ ਦੇਹਲ ਦੋਹਾ ਕਤਰ ਦੇ ਵਿੱਚ ਇੱਕ ਜੇਲ੍ਹ ਹੈ, ਉੱਥੇ ਸੱਤ ਸਾਲ ਦੀ ਜਿਹੜੀ ਉਹਨਾਂ ਨੂੰ ਫਰਵਰੀ ਦੇ ਵਿੱਚ ਸਜ਼ਾ ਹੋਈ ਹੈ ਉਹ ਜੇਲ੍ਹ ਕੱਟ ਰਹੇ ਆ ਉੱਥੇ। ਔਰ ਇਹਨਾਂ ਨੇ ਮੇਰੇ ਕੋਲ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ ਦੀ ਹੈਲਪ ਦੇ ਨਾਲ ਸਾਡੇ ਬੱਚਿਆਂ ਦੀ ਜਿਹੜੀ ਆ ਰਿਹਾਈ ਉੱਥੋਂ ਕਰਵਾਈ ਜਾਵੇ। ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿਉਂਕਿ ਸਾਡੀ ਸਰਕਾਰ, ਸਾਡੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ, ਸਾਡੀ ਸਰਕਾਰ ਜਿਹੜੀ ਸਾਡੀ ਇਹ ਹਮੇਸ਼ਾ ਹੀ ਮਤਲਬ ਜਿਹੜੀ ਕੋਸ਼ਿਸ਼ ਰਹੀ ਹੈ ਕਿ ਬਾਹਰਲੇ ਦੇਸ਼ਾਂ ਦੇ ਅੰਦਰ ਜਿਹੜੇ ਸਾਡੇ ਮੁੰਡੇ ਰੁਜ਼ਗਾਰ ਦੇ ਵਾਸਤੇ ਜਾਂਦੇ ਆ, ਰੋਟੀ ਲਈ ਜਾਂਦੇ ਆ, ਵੱਖ ਵੱਖ ਦੇਸ਼ਾਂ ਦੇ ਵਿੱਚ ਜਦੋਂ ਉਹ ਫਸ ਜਾਂਦੇ ਆ ਜਾਂ ਜਦੋਂ ਗੈਰ ਕਾਨੂੰਨੀ ਢੰਗਾਂ ਦੇ ਨਾਲ ਜਾਂਦੇ ਆ ਅਤੇ ਰਸਤੇ 'ਚ ਫਸ ਜਾਂਦੇ ਆ ਅਤੇ ਮਾਪਿਆਂ ਲਈ ਵਿਚਾਰਿਆਂ ਲਈ ਬਹੁਤ ਔਖਿਆਈ ਹੋ ਜਾਂਦੀ ਹੈ। ਔਰ ਕੇਸ ਮੁੜ ਕੇ ਸਾਡੇ ਕੋਲ ਹੁੰਦੇ, ਅਸੀਂ ਪਿਛਲੇ 28 ਸਾਲਾਂ ਦੇ ਵਿੱਚ ਸੈਂਕੜੇ ਮੁੰਡੇ ਦੀ, ਹਜ਼ਾਰਾਂ ਮੁੰਡੇ ਜਿਹੜੇ ਆ ਵੱਖ ਵੱਖ ਵਰਲਡ ਦੀਆਂ ਵੱਖ ਵੱਖ ਦੇਸ਼ਾਂ ਦੀਆਂ ਜੇਲ੍ਹਾਂ ਦੇ ਵਿੱਚੋਂ ਰਿਹਾਅ ਕਰਾਏ। ਔਰ ਦੁੱਖ ਦੇ ਨਾਲ ਕਹਿਣਾ ਪੈਂਦਾ ਕਿ ਬਹੁਤ ਸਾਰੇ ਮੁੰਡੇ ਜਿਹਨਾਂ ਦੀ ਵਿਚਾਰਿਆਂ ਦੀ ਰਸਤੇ 'ਚ ਡੈਥ ਹੋ ਜਾਂਦੀ ਆ ਜਾਂ ਉੱਥੇ ਕਿਤੇ ਡੈਥ ਹੋ ਜਾਂਦੀ ਆ, ਉਹਨਾਂ ਦੀਆਂ ਲਾਸ਼ਾਂ ਲਿਆਉਣ ਲੱਗਿਆ ਵੀ 4-4 5-5 ਮਹੀਨੇ ਸਾਨੂੰ ਲੱਗ ਜਾਂਦੇ ਆ। ਔਰ ਅਸੀਂ ਉਹ ਵੀ ਲਿਆਉਂਦੇ ਹਾਂ ਕਿਉਂਕਿ ਬਾਹਰਲੇ ਦੇਸ਼ ਤੋਂ ਲਾਸ਼ ਲੈ ਕੇ ਆਉਣੀ ਜਿਹੜੀ ਉਹ ਬਹੁਤ ਇੱਕ ਔਖਾ ਜਿਹੜਾ ਕੰਮ ਹੈ। ਔਰ ਜਿਹੜਾ ਇਹ ਕੇਸ ਹੈ, ਜਿਹੜੇ ਅਰਬ ਕੰਟਰੀ ਹੈ ਜਿੰਨੇ ਵੀ ਹੈ, ਇਹਨਾਂ ਦੇ ਅੰਦਰ ਜਿਹੜੇ ਕਾਨੂੰਨ ਨੇ ਉਹਨਾਂ ਦੇਸ਼ਾਂ ਦੇ ਉਹ ਬੜੇ ਸਖ਼ਤ ਆ। ਜਿੱਦਾਂ ਇਹ ਮੁੰਡਿਆਂ ਨੂੰ ਵੀ ਲਾਇਸੈਂਸ ਲੈਣ ਲਈ, ਡਰਾਈਵਰੀ ਲਾਇਸੈਂਸ ਲੈਣ ਵਾਸਤੇ ਇਹਨਾਂ ਦਾ ਜਿਹੜਾ ਦੋਸ਼ ਹੈ ਉਹ ਕਹਿੰਦੇ ਆ ਕਿ ਡਰਾਈਵਰੀ ਲਾਇਸੈਂਸ ਲੈਣ ਲਈ ਜਿਹੜੀ ਆ ਇਹਨਾਂ ਨੇ ਰਿਸ਼ਵਤ ਦਿੱਤੀ ਹੈ। ਇਹਨਾਂ ਦੇਸ਼ਾਂ ਦੇ ਵਿੱਚ ਰਿਸ਼ਵਤ ਜਿਹੜੀ ਲੈਣੀ ਬਹੁਤ ਵੱਡਾ ਪਾਪ ਹੈ ਔਰ ਬੜੀ ਉੱਥੇ ਸਖਤੀ ਹੈ। ਉਸੇ ਤਹਿਤ ਹੀ ਇਹਨਾਂ ਨੇ ਹੋਰ ਕੋਈ ਕੰਮ ਨਹੀਂ ਕੀਤਾ, ਹੋਰ ਕੋਈ ਨਸ਼ੇ ਦਾ ਜਾਂ ਹੋਰ ਕੋਈ ਗਲਤ ਕੋਈ ਲੜਾਈ ਨਹੀਂ, ਝਗੜਾ ਨਹੀਂ। ਜਿਹੜੀ ਕੰਪਨੀ ਕੋਲ ਇਹਨਾਂ ਨੇ ਆਪਣੇ ਡਰਾਈਵਰੀ ਲਾਇਸੈਂਸ ਲਏ ਸੀਗੇ, ਉਸ ਕੰਪਨੀ ਨੇ ਹੀ ਇਹਨਾਂ 'ਤੇ ਕੇਸ ਜਿਹੜਾ ਉਹ ਕਰਵਾ ਤਾ। ਕੰਪਨੀ ਦੇ ਮਾਲਕ ਨੇ ਕਿਹਾ ਕਿ ਜਿਹੜੇ ਉਹਦੇ ਕੋਲ ਕਿਤੇ ਪੈਸੇ ਗੱਡੀ ਦੇ ਵਿੱਚੋਂ ਕੋਈ ਫੜੇ ਗਏ, ਉਹਨੇ ਇਹਨਾਂ ਮੁੰਡਿਆਂ ਦੇ ਵਿਚਾਰਿਆਂ 'ਤੇ ਕੇਸ ਜਿਹੜਾ ਕਰਾ ਤਾ। ਤਿੰਨ ਮੁੰਡੇ ਅੰਮ੍ਰਿਤਸਰ ਦੇ, ਦੋ ਮੁੰਡੇ ਜਿਹੜੇ ਤਰਨ ਤਾਰਨ ਦੇ, ਇੱਕ ਮੁੰਡਾ ਜਿਹੜਾ ਗੁਰਦਾਸਪੁਰ ਦਾ ਔਰ ਇੱਕ ਮੁੰਡਾ ਜਿਹੜਾ ਉਹ ਯੂਪੀ ਦਾ। ਇਹ ਮਤਲਬ ਜਿਹੜੇ 7 ਜਣੇ ਆ। ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਜਿੱਦਾਂ ਅਸੀਂ ਪਹਿਲਾਂ ਲੱਗੇ ਹਾਂ ਹਜ਼ਾਰਾਂ ਮੁੰਡਿਆਂ ਦੀ ਮਤਲਬ ਜਿਹੜੀ ਮਦਦ ਕੀਤੀ ਹੈ, ਅਸੀਂ ਇਹਨਾਂ ਪਰਿਵਾਰਾਂ ਦੀ ਵੀ ਪੂਰੀ ਡਟ ਕੇ ਮਦਦ ਕਰਾਂਗੇ। ਅੱਜ ਤਾਂ ਸੰਡੇ ਹੈ, ਕੱਲ੍ਹ ਤੋਂ ਹੀ ਇਹਨਾਂ ਦੀ ਪੈਰਵਾਈ ਜਿਹੜੀ ਹੈ ਉਹ ਸ਼ੁਰੂ ਕਰਾਂਗੇ ਹਿੰਦੁਸਤਾਨ ਦੇ ਹੋਮ ਮਿਨਿਸਟਰੀ ਦੇ ਰਾਹੀਂ, ਵਿਦੇਸ਼ ਮੰਤਰਾਲੇ ਦੇ ਰਾਹੀਂ, ਔਰ ਉੱਥੇ ਜਿਹੜਾ ਸਾਡਾ ਇੰਡੀਅਨ ਕੌਂਸਲੇਟ ਆਫਿਸ ਹੈ ਉਹਦੇ ਰਾਹੀਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਪਰਿਵਾਰਾਂ ਦੇ ਬੱਚੇ ਜਿਹੜੇ ਆ ਉਹ ਕਿਸੇ ਤਰ੍ਹਾਂ ਜੇਲ੍ਹ 'ਚੋਂ ਰਿਹਾਅ ਹੋ ਕੇ ਵਾਪਸ ਆ ਜਾਣ, ਕਿਉਂਕਿ ਇਹਨਾਂ 'ਚ ਕੁਛ ਪਰਿਵਾਰ ਇੰਨੇ ਗਰੀਬ ਨੇ ਵਿਚਾਰੇ, ਮੈਨੂੰ ਦੱਸ ਰਹੇ ਕਿ ਪੈਸੇ ਵੀ
ਉਹ ਜਦੋਂ ਜੇਲ੍ਹ 'ਚੋਂ ਇਹਨਾਂ ਨੂੰ ਕਾਲ ਕਰਦੇ ਉਹਦੇ ਵਾਸਤੇ ਕਾਰਡਾਂ ਦੇ ਪੈਸੇ ਵੀ ਇੱਥੋਂ ਭੇਜਦੇ ਔਰ ਇਹਨਾਂ ਦੇ ਵਿਚਾਰਿਆਂ ਦੇ ਜ਼ਮੀਨ ਵੀ ਵੇਖੀ ਇਹਨਾਂ ਦੇ ਕੋਈ ਟਰੈਕਟਰ ਟਰਾਲੀ ਉਹ ਵੀ ਵੇਖੇ ਵਿਚਾਰਿਆਂ ਦੇ ਔਰ ਕੁਛ ਤਿੰਨ ਚਾਰ ਪਰਿਵਾਰ ਹੈ ਜਿਨ੍ਹਾਂ ਨੂੰ ਰੋਟੀ ਵੀ ਜਿਹੜੀ ਹੈ ਉਹ ਖਾਣੀ ਜਿਹੜੀ ਔਖੀ ਹੋਈ ਹੈ ਵਿਚਾਰਿਆਂ ਦਾ। ਅਸੀਂ ਅੱਜ ਧਾਰੀਵਾਲ ਸਾਹਿਬ ਦੇ ਕੋਲ ਇੱਕ ਫਰਿਆਦ ਲੈ ਕੇ ਆਏ ਹਾਂ ਜੀ। ਸਾਡੇ 7 ਬੱਚੇ ਦੋਹਾ ਕਤਰ ਵਿੱਚ ਝੂਠੇ ਕੇਸ ਦੇ ਵਿੱਚ ਯਾਨੀ ਕਿ ਲਾਇਸੈਂਸ ਇਸ਼ੂ ਕਰਾਉਣ ਦੇ ਸੰਬੰਧ ਵਿੱਚ ਪੈਸੇ ਦੇਣ ਦੇ ਕੇਸ ਦੇ ਵਿੱਚ ਇਹਨਾਂ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ ਪਿਛਲੇ 3-4 ਮਹੀਨੇ 5 ਮਹੀਨੇ ਤੋਂ 6 ਮਹੀਨੇ ਤੋਂ ਉੱਥੇ ਸਜ਼ਾ ਕੱਟਣ ਡੇ ਆ। ਅਸੀਂ ਉੱਥੇ ਕਿਸੇ ਵਕੀਲ ਦੇ ਰਾਹੀਂ ਵੀ ਕੇਸ ਵੀ ਲੜਿਆ ਪਰ ਕੋਈ ਗੱਲ ਬਣੀ ਨਹੀਂ ਸਾਡੀ ਜੀ। ਅਸੀਂ 10-15 ਲੱਖ ਰੁਪਏ ਉਹ ਵਕੀਲ ਨੂੰ ਫੀਸ ਵੀ ਵੱਖ ਵੱਖ ਪਰਿਵਾਰਾਂ ਤੋਂ ਜਿੰਨੇ 7 ਬੱਚੇ ਹੈਗੇ ਵੱਖ ਪਰਿਵਾਰਾਂ ਤੋਂ ਇਕੱਠੇ ਕਰਕੇ ਅਸੀਂ ਭੇਜੇ ਉੱਥੇ। ਪਰ ਅੱਜ ਅਸੀਂ ਫਿਰ ਦੁਬਾਰਾ ਧਾਰੀਵਾਲ ਸਾਹਿਬ ਦੇ ਦਫ਼ਤਰ ਵਿੱਚ ਉਹਨਾਂ ਕੋਲ ਆਪਣੀ ਅਪੀਲ ਲੈ ਕੇ ਆਏ ਵੀ ਸਾਡੇ ਬੱਚਿਆਂ ਨੂੰ ਉੱਥੋਂ ਕਿਸੇ ਵੀ ਤਰੀਕੇ ਨਾਲ ਜਿੱਦਾਂ ਵੀ ਸਰਕਾਰ ਸਾਡੀ ਪੰਜਾਬ ਸਰਕਾਰ ਮਦਦ ਕਰ ਸਕਦੀ ਮਦਦ ਕਰਵਾ ਕੇ ਉਹਨਾਂ ਨੂੰ ਰਿਹਾਅ ਕਰਵਾ ਕੇ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ ਜਾਵੇ। ਕਿਉਂ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਬੱਚੇ ਤਕਰੀਬਨ ਸਾਰੇ ਕਿ ਰੋਜ਼ੀ ਰੋਟੀ ਵਾਸਤੇ ਕਮਾਉਣ ਵਾਸਤੇ ਗਏ ਸੀਗੇ। ਅਸੀਂ ਇਹਨਾਂ ਧਾਰੀਵਾਲ ਸਾਹਿਬ ਨੂੰ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਵੀ ਜਿੰਨੀ ਵੀ ਵੱਧ ਤੋਂ ਵੱਧ ਮਦਦ ਹੋਵੇ ਸਾਡੀ ਮਦਦ ਕਰਕੇ ਉਹਨਾਂ ਸਾਰੇ ਬੱਚਿਆਂ ਨੂੰ ਰਿਹਾਅ ਕਰਾ ਕੇ ਘਰੋਂ ਘਰੀ ਪਹੁੰਚਾਇਆ ਜਾਵੇ। ਮੇਰੇ ਹਸਬੈਂਡ ਕਵਲਜੀਤ ਸਿੰਘ 2.5 ਸਾਲ ਪਹਿਲਾਂ ਕਤਰ ਦੇ ਵਿੱਚ ਗਏ ਸੀਗੇ ਮਤਲਬ ਕੰਮ ਵਾਸਤੇ ਅਤੇ ਉਹਨਾਂ ਕੋਲ ਡਰਾਈਵਰੀ ਦਾ ਵੀਜ਼ਾ ਸੀਗਾ ਆਜ਼ਾਦ ਵੀਜ਼ੇ 'ਤੇ ਗਏ ਸੀਗੇ। ਉੱਥੇ ਜਾ ਕੇ ਉਹਨਾਂ ਨੇ ਸਕੂਲ ਭਰਿਆ ਉਹ ਹੈਗਾ ਸੀ ਦੋਹਾ ਅਕੈਡਮੀ ਉਹਦੇ ਵਿੱਚ ਉਹਨਾਂ ਕਲਾਸਾਂ ਵੀ ਲਾਈਆਂ ਮਤਲਬ ਐੱਲ ਦੀ ਟਰਾਈ ਸਿਗਨਲ ਸਾਰਾ ਕੁਛ ਕਲੀਅਰ ਸੀਗਾ ਜਿਹੜੀ ਰੋਡ ਦੀ ਟਰਾਈ ਹੋਣ ਤੋਂ ਬਾਅਦ ਉਹਨਾਂ ਨੂੰ ਲਾਇਸੈਂਸ ਵੀ ਮਿਲ ਗਿਆ। ਉਸ ਤੋਂ ਬਾਅਦ ਲਾਇਸੈਂਸ ਮਿਲਣ ਤੋਂ 2 ਮੰਥ ਬਾਅਦ ਜਿਹੜਾ ਮਤਲਬ ਪੁਲਿਸ ਵਾਲਾ ਸੀਗਾ ਉੱਥੇ ਲਾਇਸੈਂਸ ਬਣਾ ਕੇ ਇਹਨਾਂ ਨਾਲ ਉਹਦੇ ਕੋਲੋਂ ਪੈਸੇ ਫੜੇ ਗਏ। ਉਹਨੇ ਮਤਲਬ ਜਿੰਨੇ ਵੀ ਲਾਇਸੈਂਸ ਬਣੇ ਸੀਗੇ ਉਹਦੇ ਥਰੂ ਜਿੰਨਾਂ ਜਿੰਨਾਂ ਕੋਲੋਂ ਉਹਨੇ ਲਾਇਸੈਂਸ ਦਿੱਤੇ ਜਿੰਨਾਂ ਬੰਦਿਆਂ ਨੂੰ ਉਹਨਾਂ ਦੇ ਨਾਂ ਵਾਰੀ ਵਾਰੀ ਲਏ ਉਹਨਾਂ ਨੂੰ CID ਵਾਲਿਆਂ ਨੇ ਵਾਰੀ ਵਾਰੀ ਕਾਲ ਕਰਕੇ ਬੁਲਾਇਆ ਅਤੇ ਉਹਨਾਂ 'ਤੇ ਝੂਠਾ ਕੇਸ ਪਾਇਆ ਰਿਸ਼ਵਤ ਦਾ। ਉਹਦੇ ਵਿੱਚ ਉਹਨਾਂ ਨੂੰ 7 ਸਾਲ ਦੀ ਸਜ਼ਾ ਹੋਈ ਹੈ ਅਤੇ 2 ਲੱਖ ਦਾ ਫਾਈਨ ਹੋਇਆ। ਸਾਡੀ ਸਰਕਾਰ ਤੋਂ ਇਹ ਰਿਕੁਐਸਟ ਆ ਕਿ ਸਾਡੀ ਹੈਲਪ ਕੀਤੀ ਜਾਵੇ। ਅਸੀਂ ਗਰੀਬ ਪਰਿਵਾਰਾਂ ਤੋਂ ਪਿੱਛੇ ਖਰਚਾ ਵੀ ਨਹੀਂ ਭੇਜ ਸਕਦੇ ਛੋਟੇ ਬੱਚੇ ਪਿੱਛੇ। ਹਾਂਜੀ ਮੰਤਰੀ ਸਾਹਿਬ ਅਸੀਂ ਮੰਤਰੀ ਸਾਹਿਬ ਅੱਗੇ ਇਹੋ ਰਿਕੁਐਸਟ ਕਰਦੇ ਹਾਂ ਕਿ ਸਾਡੀ ਹੈਲਪ ਕੀਤੀ ਜਾਵੇ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ ਪੰਜਾਬ ਵਿੱਚ। ਇੰਨੀ ਮੰਗ ਹੈ ਸਾਡੀ ਗੱਲਬਾਤ ਕਰਨ ਵਾਸਤੇ ਸਾਨੂੰ ਪੈਸੇ ਵੀ ਆਪਣੇ ਕੋਲੋਂ ਭੇਜਣੇ ਪੈਂਦੇ ਇੱਧਰੋਂ ਅਤੇ ਫਿਰ ਉਹ ਕਾਰਡ ਦੇ ਕੇ ਆਉਂਦੇ ਜਿਹੜੇ ਉੱਥੇ ਮਤਲਬ ਨਾਉਣ ਵੱਲ ਜਾਂਦੇ ਹੈਗੇ ਆ ਫਿਰ ਗੱਲ ਕੀਤੀ ਜਾਂਦੀ ਹਫ਼ਤੇ 'ਚ 1-2 ਵਾਰ ਗੱਲ ਹੁੰਦੀ 1-2 ਮਿੰਟ ਬਸ। ਖਾਣ ਪੀਣ ਦਾ ਵੀ ਬਹੁਤ ਬੁਰਾ ਹਾਲ ਆ ਉਹ ਵੀ ਮਤਲਬ ਸਾਨੂੰ ਇੱਧਰੋਂ ਹੀ ਪੈਸੇ ਭੇਜਣੇ ਪੈਂਦੇ ਆ ਸਮਾਨ ਉਹਨਾਂ ਨੂੰ ਖਾਣ ਪੀਣ ਲਈ ਬ੍ਰੈਡ ਵਗੈਰਾ ਜਾਂ ਸੌਸ ਸੂਸ ਲਾ ਕੇ ਖਾ ਲੈਂਦੇ ਆ ਮੀਟ ਵਗੈਰਾ ਦਿੰਦੇ ਕੱਚਾ ਉਹ ਉਹਨਾਂ ਕੋਲ ਖਾਧਾ ਨਹੀਂ ਜਾਂਦਾ। ਹਾਂਜੀ ਉਹਨਾਂ ਨੇ ਭਰੋਸਾ ਦਵਾਇਆ ਵੀ ਤੁਹਾਡੀ ਹੈਲਪ ਕੀਤੀ ਜਾਊਗੀ ਮਤਲਬ ਕਿ ਪੂਰੇ ਤੌਰ 'ਤੇ ਤੁਹਾਡੇ ਨਾਲ ਹਾਂ ਹਰ ਪਾਸਿਓਂ ਤੁਹਾਡੀ ਹੈਲਪ ਕਰਾਂਗੇ।